ਸਵਾਗਤ ਹੈ ਜੀ ਪੀਟੀਸੀ ਨਿਊਜ਼ ਦੇ ਸਾਰੇ ਦਰਸ਼ਕਾਂ ਦਾ ਸਾਡੇ ਖਾਸ ਮੁਲਾਕਾਤ ਦੇ ਇਸ ਸਪੈਸ਼ਲ ਸ਼ੋਅ ਦੇ ਵਿੱਚ ਜਿਵੇਂ ਕਿ ਹਰ ਹਫਤੇ ਅਸੀਂ ਦਰਸ਼ਕਾਂ ਨੂੰ ਇੱਕ ਵੱਖਰੀ ਸ਼ਖਸੀਅਤ ਦੇ ਰੂਬਰੂ ਕਰਵਾਉਂਦੇ ਹਾਂ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਉਹ ਮੁਕਾਮ ਹਾਸਲ ਕੀਤੇ ਹੈ ਜੋ ਅੱਜ ਦੀ ਨੌਜਵਾਨ ਪੀੜ੍ਹੀ ਲਈ ਪ੍ਰੇਰਨਾ ਸਰੋਤ ਬਣਦੇ ਹੈ ਅੱਜ ਦੀ ਸਾਡੀ ਇਸ ਖਾਸ ਮੁਲਾਕਾਤ ਦੇ ਲਈ ਵੀ ਅਸੀਂ ਇੱਕ ਐਸੀ ਸ਼ਖਸੀਅਤ ਨੂੰ ਚੁਣਿਆ ਥੋੜਾ ਜਿਹਾ ਮੈਂ ਦਰਸ਼ਕਾਂ ਨੂੰ ਪਿੱਛੇ ਲੈ ਕੇ ਜਾਊਂਗਾ 1997 ਦੇ ਵਿੱਚ ਇੱਕ ਫਿਲਮ ਆਈ ਸੀ ਬਾਰਡਰ ਉਸ ਫਿਲਮ ਦੇ ਵਿੱਚ ਜਦੋਂ ਉਸ ਨੂੰ ਪ੍ਰੈਜੈਂਟ ਕੀਤਾ ਗਿਆ ਸੀ ਔਰ ਇੱਕ ਨਾਮ ਇੱਕਦਮ ਉੱਭਰ ਕੇ ਸਾਹਮਣੇ ਆਇਆ ਸੀ ਕੁਲਦੀਪ ਸਿੰਘ ਚਾਂਦਪੂਰੀ ਸਾਹਿਬ ਦਾ ਉਸ ਨਾਮ ਤੋਂ ਬਾਅਦ ਹੀ ਲੋਕਾਂ ਨੂੰ ਇਸ ਚੀਜ਼ ਦਾ ਪਤਾ ਲੱਗਿਆ ਕਿ ਕਿਸ ਤਰੀਕੇ ਨਾਲ ਜਿਹੜੀ ਫੌਜ ਹੈ ਫੌਜ ਕਿਵੇਂ ਆਪਣੇ ਦੇਸ਼ ਦੀ ਰੱਖਿਆ ਕਰਦੀ ਹੈ ਕਿਵੇਂ ਲੜਾਈਆਂ ਕਰਦੀ ਹੈ ਬਾਰਡਰ ਦੇ ਉੱਪਰ ਕਿਸ ਤਰੀਕੇ ਨਾਲ ਜਵਾਨ ਆਪਣੀ ਜਾਨ ਤਲੀ ਤੇ ਰੱਖ ਕੇ ਲੜਦੇ ਨੇ ਔਰ ਉਹ ਜਿਸ ਇਸ ਇਵੈਂਟ ਤੇ ਇਹ ਫਿਲਮ ਬਣੀ ਸੀ ਬਾਰਡਰ ਉਸ ਫਿਲਮ ਉਸ ਈਵੈਂਟ ਨੂੰ ਲੌਂਗੇ ਵਾਲਾ ਦੀ ਜਿਹੜੀ ਲੜਾਈ ਸੀਗੀ ਉਸ ਨੂੰ ਇੱਕ ਫਿਲਮ ਦੇ ਜ਼ਰੀਏ ਦਰਸਾਇਆ ਗਿਆ ਸੀ ਪਰ ਉਸ ਲੜਾਈ ਦੇ ਜਿਹੜੇ ਅਸਲੀ ਹੀਰੋ ਨੇ ਅੱਜ ਉਹਨਾਂ ਨਾਲ ਅਸੀਂ ਗੱਲਬਾਤ ਕਰਨ ਦੇ ਲਈ ਦਰਸ਼ਕਾਂ ਨੂੰ ਉਹਨਾਂ ਦੇ ਰੂਬਰੂ ਦਰਸ਼ਕਾਂ ਨੂੰ ਕਰਵਾਉਣ ਜਾ ਰਹੇ ਹਾਂ ਬਹੁਤ ਬਹੁਤ ਸਵਾਗਤ ਹੈ ਜੀ ਕੁਲਦੀਪ ਸਿੰਘ ਚੰਦਪੂਰੀ ਸਾਹਿਬ ਸਾਡੇ ਨਾਲ ਨੇ ਬ੍ਰਿਗੇਡੀਅਰ ਸਾਹਿਬ ਅਗਰ ਮੈਂ ਸ਼ੁਰੂਆਤ ਕਰਾਂ ਤੇ ਬਹੁਤ ਕੁਝ ਹੈ ਮੈਨੂੰ ਸਮਝ ਨਹੀਂ ਆਉਂਦੀ ਕਿ ਮੈਂ ਸ਼ੁਰੂ ਕਿੱਥੋਂ ਕਰਾਂ ਬਟ ਅੱਜ ਲੋਕ ਅਗਰ ਤਰੂ ਜਾਣਦੇ ਆ ਤਾਂ ਮੇ ਬ੍ਰਿਗੇਡੀਅਰ ਕੁਲਦੀਪ ਸਿੰਘ ਚਾਂਦਪੂਰੀ ਦੇ ਨਾਮ ਤੋਂ ਜਾਣਦੇ ਨੇ ਸੋ ਬੇਸਿਕਲੀ ਚਾਂਦਪੂਰੀ ਤੁਹਾਡਾ ਸਰਨੇਮ ਹੈ ਜਾਂ ਤੁਹਾਡਾ ਪਿੰਡ ਹੈ ਔਰ ਮੇਰਾ ਇਹ ਸਵਾਲ ਪੁੱਛਣ ਦਾ ਮਤਲਬ ਇਹ ਹੈ ਕਿ ਤੁਸੀਂ ਕਿੱਥੋਂ ਪੜ੍ਹੇ ਲਿਖੇ ਕਿਸ ਤਰੀਕੇ ਨਾਲ ਫੌਜ ਦੇ ਵਿੱਚ ਆਏ ਕਿਉਂਕਿ ਫਿਲਮ ਦੇ ਵਿੱਚ ਤੇ ਸਿਰਫ ਇੱਕ ਚੀਜ਼ ਦੇਖਣੀ ਹੁੰਦੀ ਹੈ ਪਰ ਅਸਲੀ ਜ਼ਿੰਦਗੀ ਵਿੱਚ ਉਸ ਦੇ ਪਿੱਛੇ ਬੜਾ ਕੁਝ ਹੁੰਦਾ ਹੈ ਦੇਖੋ ਜੀ ਚਾਂਦਪੁਰ ਰੁੜਕੀ ਜਿਹੜਾ ਹੈ ਜੀ ਇਹ ਸਾਡਾ ਆਪਣਾ ਜੱਦੀ ਪਿੰਡ ਹੈ ਉੱਥੇ ਬਾਬਾ ਗੁਰਦਤਾ ਜੀ ਦੀਆਂ ਸਮਾਦਾਵੀ ਬਣੀਆਂ ਹਨ ਬਹੁਤ ਵੱਡਾ ਗੁਰਦੁਆਰਾ ਸਾਹਿਬ ਬਣਿਆ ਜਿਹੜਾ ਕਿ ਸਾਡੇ ਪਰਿਵਾਰ ਨੇ ਹੀ ਉਹ ਕਾਫੀ ਯੋਗਦਾਨ ਪਾਇਆ ਸੀ ਬਣਾਉਣ ਦੇ ਵੇਲੇ ਬਾਕੀ ਮੁੱਢਲੀ ਵਿੱਦਿਆ ਜਿਹੜੀ ਸੀ ਮੈਂ ਤਾਂ ਪਿੰਡੂ ਸਕੂਲਾਂ ਦਾ ਪੜਿਆ ਆ ਆਪਣੇ ਪਿੰਡ ਦੇ ਵਿੱਚ ਬੇਸੇ ਮੇਰਾ ਜਨਮ ਪਾਕਿਸਤਾਨ ਛੁਆ ਸੀਗਾ ਮੌਂਟਗੋਮਰੀ 1940 ਦੇ ਵਿੱਚ ਲੇਕਿਨ ਮਾਈਗ੍ਰੇਸ਼ਨ ਦੇ ਸਮੇਂ ਜਦੋਂ ਇਤ ਹੋਇਆ ਨੋਨਾ ਦੇਸ਼ ਦਾ ਬਟਵਾਰਾ ਹੋਇਆ ਤੇ ਸਾਡਾ ਪਰਵਾਰ ਜਿਹੜਾ ਸੀ ਉੱਥੋਂ ਉਜੜ ਕੇ ਫਿਰ ਆਪਣੇ ਜੱਦੀ ਪਿੰਡ ਆ ਗਏ ਸੀ ਉਸ ਤੋਂ ਬਾਅਦ ਸਾਨੂੰ ਇਸੇ ਤਸੀਲ ਦੇ ਵਿੱਚ ਸਾਡੇ ਪਿੰਡ ਤੋਂ ਤਕਰੀਬਨ 10-14 ਕਿਲੋਮੀਟਰ ਤੇ ਜਿਹੜੀ ਸਾਡੀ ਜ਼ਮੀਨ ਸੀ ਉਹ ਰੌਟ ਹੋ ਗਈ ਸੀ ਜਿਹੜੇ ਅਸੀਂ ਪਾਕਿਸਤਾਨ ਛੱਡ ਕੇ ਆਏ ਸੀ ਬਾਕੀ ਮੈਂ ਆਪਣਾ ਮੈਟ੍ਰੋਪੋਲੀਸ਼ਨ ਆਪਣੇ ਪਿੰਡ ਤੋਂ ਕੀਤਾ ਸੀ ਤੇ ਇੰਟਰਮੀਡੀਏਟ ਮੈਂ STGS ਕਾਲਜ ਮਾਲਪੁਰ ਤੋਂ ਕੀਤੀ ਸੀ ਤੇ ਬੀਏ ਮੈਂ ਗਵਰਨਮੈਂਟ ਕਾਲਜ ਹੁਸ਼ਿਆਰ ਪਰਤੂਕੀ ਤੇ ਫੌਜ ਚ ਜਾਣ ਦੀ ਕੋਈ ਖਾਸ ਵਜ੍ਹਾ ਫੌਜ ਤੇ ਸਿਗਰਲੀਕ ਮੈਨੂੰ ਪਹਿਲਾਂ ਤੋਂ ਬੜਾ ਸ਼ੌਕ ਸੀਗਾ ਫੌਜ ਜਾਣ ਦਾ ਮੈਨੂੰ ਲੋਕ ਜੀ ਫੌਜੀ ਐਕਸਰਸਾਈਜ਼ ਵਗੈਰਾ ਤੇ ਦੇਖਦੇ ਸੀ ਤੇ ਮੇਰਾ ਬੜਾ ਦਿਲ ਕਰਦਾ ਸੀ ਕੋਈ ਫੌਜ ਦੇ ਵਿੱਚ ਜਾਈਏ ਉਸ ਤੋਂ ਲਾ ਸਾਡੇ ਪਰਿਵਾਰ ਦੇ ਵੀ ਕਾਫੀ ਜਿਹੜੇ ਸਾਡੇ ਮੈਂਬਰ ਸੀਗੇ ਮੇਰੇ ਚਾਚਾ ਜੀ ਸੀਗੇ ਸਾਡੇ ਬਜ਼ੁਰਗ ਸੀਗੇ ਪੁਰਾਣੇ ਬਾਬਾ ਜੀ ਸੀਗੇ ਉਹ ਵੀ ਫੌਜ ਚ ਰਹਿ ਚੁੱਕੇ ਸੀਗੇ ਤੇ ਮੈਂ ਵੀ ਚਾਹੁੰਦਾ ਸੀਗਾ ਕਿ ਫੌਜ ਜਾਇਆ ਜਾਏ ਤੇ ਮੈਂ ਕਾਲਜ ਦੇ ਦਿਨਾਂ ਦੇ ਵਿੱਚ ਐਨਸੀਸੀ ਲੈ ਲਈ ਸੀਗੀ ਤੇ ਮੈਂ ਐਨਸੀਸੀ ਸਰਟੀਫਿਕੇਟ ਪਾਸ ਕਰ ਲਿਆ ਸੀਗਾ ਜਿਹੜਾ ਉਸ ਸਮੇਂ ਦਾ ਹਾਈਐਸਟ ਹੁੰਦਾ ਸੀ ਉਸ ਤੋਂ ਬਾਅਦ 1900 ਕਾਟ ਦੇ ਵਿੱਚ ਜਦੋਂ ਕਮਾੜ ਦੇ ਵਿੱਚ ਲੜਾਈ ਹੋਈ ਹੈ ਤੇ ਸਾਨੂੰ ਮੈਂ ਫੌਜ ਜੁਆਇਨ ਕੀਤੀ ਸੀ ਤੇ 1963 ਦੇ ਵਿੱਚ ਮੈਨੂੰ ਕਮਿਸ਼ਨ ਮਿਲਿਆ ਸੀ ਲੋਗ ਬ੍ਰਿਗੇਡੀਅਰ ਕੁਲਦੀਪ ਸਿੰਘ ਚੰਦਪੂਰੀ ਮਹਾਵੀਰ ਚੱਕਰਵਿਜੇਤਾ ਤੁਹਾਨੂੰ ਉਸ ਉਸ ਬਹਾਦਰੀ ਦਿਖਾਉਣ ਦੇ ਕਰਕੇ ਜਾਣਦੇ ਆ ਜੋ ਲੋਂਗੇ ਵਾਲਾ ਦੇ ਵਿੱਚ ਉਸ ਵੇਲੇ ਜੋ ਹੋਇਆ ਜੋ ਫਿਲਮ ਦੇ ਜ਼ਰੀਏ ਪਤਾ ਲੱਗਿਆ ਬਟ ਫਿਲਮ ਦੇ ਜ਼ਰੀਏ ਕਿ ਇਵੈਂਟ ਨੂੰ ਦੇਖਣਾ ਔਰ ਅਸਲੀ ਲੜਾਈ ਜਿਹਨੇ ਲੜਿਆ ਉਸ ਦੇ ਵਿੱਚ ਮੈਨੂੰ ਲੱਗਦਾ ਬੜਾ ਫਰਕ ਹੁੰਦਾ ਸੋ ਬੇਸਿਕਲੀ ਕ੍ਰੈਡਿਟ ਸਾਰਾ ਕੁਲਦੀਪ ਸਿੰਘ ਚੰਦਪੂਰੀ ਹੋਰ ਨੂੰ ਜਾਂਦਾ ਨਹੀਂ ਬਿਲਕੁਲ ਨਹੀਂ ਇਹ ਕ੍ਰੈਡਿਟ ਸਾਡੇ ਉਹਨਾਂ ਜਵਾਨਾਂ ਨੂੰ ਜਾਂਦਾ ਜਿਹੜੇ ਮੇਰੇ ਨਾਲ ਲੜੇ ਇਹ ਠੀਕ ਹੈ ਕਿ ਮੈਨੂੰ ਜਿਹੜਾ ਜਰਨੈਲ ਲੀਡ ਕਰਦਾ ਹੁੰਦਾ ਉਸ ਦਾ ਕੰਮ ਜ਼ਰੂਰ ਹੁੰਦਾ ਦੋਨੋਂ ਚੀਜ਼ਾਂ ਹੁੰਦੀਆਂ ਜੀ ਜਾਂ ਤਾਂ ਅਵਾਰਡ ਵੀ ਮਿਲਦਾ ਤੇ ਕੋਰਟ ਮਾਸਟਰ ਵੀ ਹੁੰਦਾ ਤੇ ਜਿਹੜਾ ਅਫਸਰ ਨੂੰ ਮੌਕੇ ਤਾਂ ਉਹਦਾ ਨਹੀਂ ਹੁੰਦਾ ਜ਼ਿੰਮੇਵਾਰੀ ਹੱਸਦੀ ਤੇ ਜ਼ਿੰਮੇਵਾਰੇ ਬੰਦੇ ਨੂੰ ਹੀ ਫੜਿਆ ਜਾਂਦਾ ਚਾਹੇ ਦਿੱਥੋ ਵਿੱਚ ਚਾਹੇ ਹਾਰ ਹੋਵੇ ਦੋਨੋਂ ਪਾਸੇ ਜਿੱਥੋਂ ਤੱਕ ਮੇਰੇ ਅਵਾਰਡ ਦਾ ਸਵਾਲ ਹੈ ਤੇ ਬਹਾਦਰੀ ਦਾ ਸਵਾਲ ਹੈ ਜੀ ਮੈਂ ਤੁਹਾਨੂੰ ਸਹੀ ਦੱਸਣਾ ਚਾਹਨਾ ਕਿ ਇਹ ਸਾਡੇ ਜਵਾਨਾਂ ਦਾ ਸਦਕਾ ਹੈ ਜਿਹਦੇ ਕਰਕੇ ਮੈਂ ਮਹਾਵੀਰ ਚੱਕਰ ਮੈਨੂੰ ਮਿਲਿਆ ਹੈ ਉਹ ਲੜੇ ਆ ਡਟ ਕੇ ਇਹ ਠੀਕ ਹੈ ਮੈਂ ਵੀ ਉਹਨਾਂ ਦਾ ਉਸ ਵੇਲੇ ਕਮਾਂਡਰ ਸੀਗਾ ਤੇ ਉਹਨਾਂ ਦੇ ਸਦਕੇ ਉਹਨਾਂ ਦੀ ਬਹਾਦਰੀ ਉਹਨਾਂ ਦੀ ਕੁਰਬਾਨੀ ਦੇਸ਼ ਭਗਤੀ ਜਿਹੜੀ ਉਹਨਾਂ ਨੇ ਉੱਥੇ ਲੜੇ ਉਹਨਾਂ ਦੇ ਕਰਕੇ ਮੈਨੂੰ ਜਾਣਿਆ ਜਾਂਦਾ ਹੈ ਮੇਰੇ ਕਰਕੇ ਲੋਂਗੇਵਾਲਾ ਨੂੰ ਨਹੀਂ ਜਾਣਿਆ ਜਾਂਦਾ ਵਰਕੇ ਲੋਂਗੇਵਾਲਾ ਦੇ ਜਿਹੜੇ ਜਵਾਨ ਲੜੇ ਉਹਨਾਂ ਕਰਕੇ ਸਾਨੂੰ ਇਹ ਮਾਣ ਪ੍ਰਾਪਤ ਹੋਇਆ ਉਸ ਵੇਲੇ ਦੀ ਜੋ ਸਿਚੁਏਸ਼ਨ ਸੀਗੀ 1971 ਦੀ ਲੜਾਈ ਜੋ ਅਸੀਂ ਅਸੀਂ ਤੇ ਫਿਲਮ ਦੇ ਜ਼ਰੀਏ ਉਸ ਨੂੰ ਦੇਖਿਆ ਔਰ ਸਾਨੂੰ ਤੇ ਪਤਾ ਵੀ ਫਿਲਮ ਦੇਖ ਕੇ ਲੱਗਿਆ ਜੋ ਉਸ ਵੇਲੇ ਦੀ ਪ੍ਰੈਜ਼ੈਂਟ ਸਿਚੁਏਸ਼ਨ ਸੀ ਅਗਰ ਆਪਾਂ ਜ਼ਿਕਰ ਕਰਦੇ ਜੇ ਅਗਰ ਮੈਂ ਅੱਜ ਦੀ ਗੱਲ ਕਰਾਂ ਤਾਂ ਅੱਜ ਤੇ ਟੈਕਨੀਕਸ ਬਹੁਤ ਅੱਗੇ ਜਾ ਚੁੱਕੀਆਂ ਹੈ ਜਾਂ ਇਨਫਰਾਸਟ੍ਰਕਚਰ ਜਿਹੜਾ ਬਹੁਤ ਬਦਲ ਚੁੱਕਿਆ ਉਸ ਵੇਲੇ ਇੱਕ ਲਿਮਟਿਡ ਸੋਰਸਸ ਦੇ ਨਾਲ ਔਰ 120 ਬੰਦਿਆਂ ਦੇ ਨਾਲ ਸਿਰਫ ਲੜਨਾ ਉਸ ਸਿਚੁਏਸ਼ਨ ਤੇ ਖੜੇ ਰਹਿਣਾ ਸੋ ਕਿੰਨਾ ਕੁ ਮੁਸ਼ਕਲ ਸੀ ਕਿੰਨਾ ਕੁ ਚੁਣੌਤੀ ਭਰਿਆ ਸੀ ਜਾਂ ਉਸ ਵੇਲੇ ਮਾਈਂਡ ਦੇ ਵਿੱਚ ਕੀ ਸੀਗਾ ਦੇਖੋ ਜੀ ਕਿ ਉਸ ਜ਼ਮਾਨੇ ਦੀ ਫੌਜ ਤੇ ਅੱਜ ਦੀ ਜ਼ਮਾਨੇ ਦੀ ਫੌਜ ਦੇ ਵਿੱਚ ਬਹੁਤ ਅੰਤਰ ਹੋ ਗਿਆ ਹੈ ਹਥਿਆਰਾਂ ਦੇ ਵਿੱਚ ਹੋ ਗਿਆ ਹੈ ਟੈਕਨੀਕ ਦੇ ਵਿੱਚ ਹੋ ਗਿਆ ਹੈ ਟੈਕਟਿਕਸ ਦੇ ਵਿੱਚ ਹੋ ਗਿਆ ਹੈ ਆ ਮਾਡਰਨ ਇਕੁਪਮੈਂਟ ਆ ਗਏ ਹਨ ਆ ਉਸ ਜ਼ਮਾਨੇ ਉਹਨਾਂ ਜਵਾਨਾਂ ਨੇ ਜਿਹੜੀ ਬਹਾਦਰੀ ਸੀਗੀ ਉਹ ਉਸ ਵੇਲੇ ਦੇ لحاظ ਨਾਲ ਉਹਨਾਂ ਨੇ ਜੋ ਸਾਡੇ ਕੋਲ ਚੀਜ਼ਾਂ ਚਾਹੀਦੀਆਂ ਸੀ ਆ ਉਹ ਬਹੁਤ ਸੀਗੇ ਸਾਡੇ ਕੋਲ ਸਾਡੇ ਕੋਲ ਹਥਿਆਰ ਵੀ ਸੀਗੇ ਜਿਹੜੇ ਉਸ ਸਮੇਂ ਤੋਂ ਸੀਗੇ ਸਾਡੇ ਕੋਲ ਐਂਟੀ ਟੈਂਕ ਗਨਸ ਵੀ ਸੀਗੀਆਂ ਜਿਹੜੀਆਂ ਕਿ ਟੈਂਕਾਂ ਦੇ ਵਿਰੁੱਧ ਇਸਤੇਮਾਲ ਕੀਤੇ ਜਾਂਦੀਆਂ ਰਾਕਟ ਲਾਂਚਰ ਵੀ ਸੀਗੇ ਜਿਹੜੇ ਕਿ ਟੈਂਕਾਂ ਦੇ ਬਰਖਲਾਫ ਜਾਂ ਮੋਰਚਰ ਦੇ ਬਰਖਲਾਫ ਇਸਤੇਮਾਲ ਕੀਤੇ ਜਾਂਦੇ ਆ ਤੇ ਸਾਡੇ ਕੋਲ ਮੀਡੀਅਮ ਮਸ਼ੀਨ ਗਨਸ ਲਾਈਟ ਮਸ਼ੀਨ ਗਨ 81 84 ਮਿਲੀਮੀਟਰ ਮਾਰਟਰ ਵੀ ਸੀਗੇ ਸਾਡੇ ਕੋਲ ਜਿਹੜੇ ਕਿ ਸਾਡੇ ਮਾਰਟਰਸ ਜਿਹੜੇ ਹੈਗੇ ਦੂਰ ਤੱਕ ਮਾਰ ਕਰਦੇ ਆ ਬਾਕੀ ਇਹ ਸਵਾਲ ਕਿ ਇਹ ਸਾਂਝਾ ਕੰਮ ਹੋਇਆ ਜੀ ਇਦੇ ਚੇ ਇਨੀ ਕਿ ਅਸੀਂ ਲੜਿਆ ਸਾਡੀ ਬੰਦਤ ਬਹੁਤ ਕੀਤੀ ਆਰਟੀਲਰੀ ਸਾਡੀ ਜਿਹੜੀ ਸੀਗੀ ਉਹਨਾਂ ਨੇ ਸਾਡੀ ਬਹੁਤ ਮਦਦ ਕੀਤੀ ਹੈ ਉਹਨਾਂ ਸਾਨੂੰ ਫਾਇਰ ਸਪੋਰਟ ਦਿੱਤੀ ਜਦੋਂ ਮੈਂ ਉਹਨਾਂ ਤੋਂ ਫਾਇਰ ਸਪੋਰਟ ਕਿਉਂਕਿ ਤੁਹਾਨੂੰ ਪਤਾ ਹੈ ਕਿ ਆਰਟੀਲਰੀ ਜਿਹੜੀ ਹੁੰਦੀ ਕਾਫੀ ਪਿੱਛੇ ਹੁੰਦੀ ਹੈ ਜੀ ਆੰਜਨੀਅਰਸ ਨੇ ਸਾਡੀ ਮਦਦ ਕੀਤੀ ਮਾਈਨਰ ਲਿਫਟ ਕਰਨ ਦੀ ਬਾਅਦ ਦੇ ਵਿੱਚ ਤੋਂ ਇਹ ਸਾਰਿਆਂ ਦਾ ਸਾਂਝਾ ਹੀ ਸਹਿਯੋਗ ਹੈ ਜਿਹਦੇ ਵਿੱਚ ਕੀ ਇਹ ਜਿਹੜੀ ਜਿੱਤ ਹੈ ਇਹ ਹੋਈ ਹੈ ਬਾਕੀ ਇਹ ਰਿਹਾ ਸਵਾਲ ਕਿ ਉੱਥੇ ਰਹਿਣ ਦਾ ਜਿਹੜਾ ਤੁਸੀਂ ਪੁੱਛਿਆ ਜੀ ਉਹ ਇਹ ਹੈ ਕਿ ਇੱਕ ਫੌਜੀ ਦੇ ਨਾਤੇ ਤੁਹਾਨੂੰ ਸਾਨੂੰ ਪਹਿਲੇ ਦਿਨ ਤੋਂ ਇਹ ਟ੍ਰੇning ਦਿੱਤੀ ਜਾਂਦੀ ਹੈ ਕਿ ਜਦੋਂ ਵੀ ਦੁਸ਼ਮਣ ਆਏ ਉਹਦੇ ਨਾਲ ਲੜਨਾ ਹੈ ਇਹ ਨਹੀਂ ਕਿ ਅਸੀਂ ਜਦੋਂ ਦੁਸ਼ਮਣ ਆਵੇ ਤੋ ਛੱਡ ਕੇ ਪਿੱਛੇ हट ਜਾਈਏ ਫਿਰ ਤੋ ਫੌਜੀ ਲੋੜ ਹੀ ਹੈ ਨਹੀਂ ਤੇ ਸਾਡੇ ਜਵਾਨ ਜਿਹੜੇ ਸੀਗੇ ਇਹ ਬਹੁਤ ਬਹਾਦਰ ਨਿਕਲੇ ਪੰਜਾਬ ਰੈਜiment ਦੇ 23 ਪੰਜਾਬ ਦੇ ਪੰਜਾਬ ਦੇ ਰਹਿਣ ਵਾਲੇ ਆ ਮੁੰਡੇ ਇਹਨਾਂ ਨੇ ਬਹੁਤ ਹੀ ਵਫਾਦਾਰੀ ਨਾਲ ਬਹਾਦਰੀ ਨਾਲ ਇਨੇ ਬੰਦਿਆਂ ਦਾ ਮੁਕਾਬਲਾ ਕੀਤਾ। ਬਾਕੀ ਤੁਸੀਂ ਪੁੱਛ ਰਹੇ ਸੀਗੇ ਕਿ ਵੀ ਇਹ ਉੱਥੇ ਰਹਿਣਾ ਫਾਇਦੇਮੰਦ ਸੀਗਾ ਜਾਂ ਛੱਡ ਕੇ ਕਿੰਨਾ ਮੁਸ਼ਕਿਲ ਭਰਿਆ ਸੀ। ਚਲੋ ਇਹ ਮੁਸ਼ਕਿਲ ਸੀਗਾ। ਰੋਤੀਪੁਰ ਦੇ ਦੇ ਸੀਗਾ ਜੀ ਕਿ ਸਾਨੂੰ ਇਸ ਗੱਲ ਦਾ ਪਤਾ ਲੱਗ ਚੁੱਕਾ ਸੀਗਾ ਕਿ ਕਾਫੀ ਫੌਜ ਸਾਡੇ ਆ ਰਹੀ ਹੈ। ਔਰ ਸਾਨੂੰ ਇਹ ਵੀ ਪਤਾ ਸੀਗਾ ਕਿ ਹੋਰ ਕਿਤੇ ਇਹਨਾਂ ਨੂੰ ਜਾਣ ਲਈ ਥਾਂ ਹੈ ਨਹੀਂਗਾ ਕਿਉਂਕਿ ਉਸ ਇਲਾਕੇ ਦੇ ਵਿੱਚ ਸਾਡੀ ਹੀ ਕੰਪਨੀ ਸੀਗੀ ਜਿਹੜੀ ਇਕਲੀ ਤਾਇਨਾਤ ਸੀਗੀ ਉਸ ਵਿਲੇ ਬਾਰਡਰ ਪੋਸਟ ਤੇ ਇਸਕੇ ਅਲੱਗ-ਅਲੱਗ ਸਾਡਾ ਇੱਕ ਪਟ્રોલ ਸੀਗਾ ਜਿਹਦੇ ਵਿੱਚ ਮੇਰੇ ਆਫਸਰ ਸੀ ਲੈਫਟੇਨੈਂਟ ਤਰਮੀਰ ਉਹਨਾਂ ਦੇ ਨਾਲ ਵੀ 22 ਬੰਦੇ ਬਾਹਰ ਭੇਜੇ ਹੋ ਸੀ ਜਿਹਨੂੰ ਆਪਾਂ ਪਟ੍ਰੋਲਿੰਗ ਫੋਰਸ ਕਹਿੰਦੇ ਆ ਤੇ ਅੰ导ਤੇ ਗੈਸਤੇ ਦੋਤੇ ਜਿਹੜੇ ਕਿ ਸਾਨੂੰ ਖਬਰ ਦਿੰਦੇ ਰਹਿੰਦੇ ਮੈਨ ਟੂ ਮਿੰਟ ਕਿਉਂਕਿ ਲੜਾਈ ਸ਼ੁਰੂ ਹੋ ਚੁੱਕੀ ਸੀ ਜਦੋਂ ਤਿੰਨ ਤਰੀਕ ਨੂੰ ਲੜਾਈ ਹੋ ਚੁੱਕੀ ਸੀ ਤੇ ਨੈਚੁਰਲੀ ਹਰ ਇੱਕ ਬੰਦਾ ਅਲਰਟ ਸੀਗਾ 24 ਆਵਰਸ ਤੇ ਉਹ ਸਾਨੂੰ ਦੱਸ ਰਿਹਾ ਸੀਗਾ ਫਿਰ ਆਪਸ਼ਨਸ ਦੇ ਸੀ ਇਹ ਮੁਸ਼ਕਿਲਾਂ ਦੱਸ ਜਿੱਥੇ ਤੱਕ ਤੁਸੀਂ ਸਵਾਲ ਪੁੱਛਿਆ ਹੈ ਲੜਾਈ ਕੋਈ ਵੀ ਲੜਾਈ ਹੈ ਮੁਸ਼ਕਿਲ ਤਾਂ ਜ਼ਰੂਰ ਹੁੰਦੀ ਹੈ ਉਹਦੇ 'ਚ ਕੋਈ ਸ਼ੱਕ ਕਰਨੀ ਐ ਤੇ ਮੌਤ ਤੋਂ ਵੀ ਹਰ ਇੱਕ ਬੰਦਾ ਡਰਦਾ ਹੈ ਮੈਂ ਵੀ ਡਰਦਾ ਬਾਕੀ ਵੀ ਡਰਦੇ ਆ بڑے بڑے ਮਹਾਰਾਤੀ ਵੀ ਡਰਦੇ ਆ ਪਰ ਜਿਹੜੇ ਸਾਡੇ ਜਵਾਨ ਆ ਉਹਨਾਂ ਦੀ ਬਹਾਦਰੀ ਹੈ ਹਿੰਦੁਸਤਾਨ ਦੀ ਫੌਜ ਦੀ ਤੇ ਪੰਜਾਬ ਰਜiment ਦੇ ਜਵਾਨਾਂ ਦੀ ਜਿਹੜੇ ਕਿ ਉੱਥੇ ਡਟੇ ਰਹੇ ਚਲੋ ਇੱਕ ਇੱਕ ਬ੍ਰੇਕ ਅਸੀਂ ਲੈਣਾ ਜੀ ਛੋਟਾ ਜਿਹਾ ਬ੍ਰੇਕ ਤੋਂ ਬਾਅਦ ਸਾਡੀ ਇਹ ਖਾਸ ਮੁਲਾਕਾਤ ਬ੍ਰਿਗੇਡੀਅਰ ਕੁਲਦੀਪ ਸਿੰਘ ਚੰਦਪੂਰੀ ਹੋਰਾਂ ਨਾਲ ਇਸੇ ਤਰੀਕੇ ਨਾਲ ਜਾਰੀ ਰਹੇਗੀ ਬਹੁਤ ਛੋਟਾ ਜਿਹਾ ਬ੍ਰੇਕ ਜਲਦੀ ਆਉਣੀ ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ ਦਰਸ਼ਕਾਂ ਦਾ ਸਾਡੀ ਖਾਸ ਗੱਲਬਾਤ ਚੱਲ ਰਹੀ ਹੈ ਬ੍ਰਿਗੇਡੀਅਰ ਕੁਲਦੀਪ ਸਿੰਘ ਚਾਂਦਪੁਰੀ ਹੋਰਾਂ ਨਾਲ ਜਿਹੜੇ 1971 ਦੇ ਵਾਰ ਹੀਰੋ ਨੇ ਔਰ ਬਾਰਡਰ ਫਿਲਮ 1997 ਦੇ ਵਿੱਚ ਜਦੋਂ ਬਣੀ ਹੈ ਉਸ ਤੋਂ ਬਾਅਦ ਉਸ ਸਾਰੀ ਲੜਾਈ ਨੂੰ ਫਿਲਮੀ ਪਰਦੇ ਤੇ ਕਿਸ ਤਰੀਕੇ ਨਾਲ ਉਤਾਰਿਆ ਗਿਆ ਕਿਸ ਤਰੀਕੇ ਨਾਲ ਦੇਖਿਆ ਔਰ ਦਰਸ਼ਕ ਉਸ ਤੋਂ ਜਾਣੂ ਹੋਏ ਬ੍ਰਿਗੇਡੀਅਰ ਸਾਹਿਬ ਫਿਲਮ 1997 ਦੇ ਵਿੱਚ ਬਣੀ ਅਜ ਗਰੀਬ-ਗਰੀਬ 20 ਸਾਲ ਹੋਣ ਵਾਲੇ ਹੈ ਤੁਹਾਡੇ ਹਿਸਾਬ ਨਾਲ ਅਸੀਂ ਅਸੀਂ ਉਸ ਜ਼ਰੀਏ ਹੀ ਫਿਲਮ ਦੇ ਜ਼ਰੀਏ ਹੀ ਇਸ ਲੜਾਈ ਨੂੰ ਦੇਖ ਸਕੇ ਆ ਪਰਦੇ ਤੇ ਜਾਂ ਸਮਝ ਸਕੇ ਆ ਜਾਂ ਅੱਜ ਮੈਂ ਤੁਹਾਡੇ ਨਾਲ ਗੱਲਬਾਤ ਕਰ ਰਿਹਾ ਅਦਰਵਾਇਜ਼ ਲੋਕ ਇਸ ਚੀਜ਼ ਨੂੰ ਜਾਣ ਨਹੀਂ ਪਾਉਂਦੇ ਉਹ ਜਾਣਕਾਰੀ ਉੱਥੋਂ ਤੱਕ ਪਹੁੰਚ ਨਹੀਂ ਪਾਉਂਦੀ ਕੀ ਸਿਰਫ ਫਿਲਮਾਂ ਹੀ ਜ਼ਰੀਆ ਰਹਿ ਗਿਆ ਆਪਣੇ ਕੋਲ ਉਹ ਦੇਖੋ ਜੀ ਕਿ ਜਿਹੜੀ ਇਹ ਫਿਲਮ ਬਣੀ ਹੈ ਸ਼ਾਇਦ ਇਹ ਪਹਿਲੀ ਫਿਲਮ ਹੈ ਜਿਹੜੀ ਕਿਸੇ ਆਫਟਰ 인ਡੀਪੈਂਡੈਂਸ ਤੋਂ ਬਾਅਦ ਜਿਹੜੀ ਕਿਸੇ ਇੱਕ ਬੈਟਲ ਤੇ ਉੱਪਰ ਅਧਾਰਿਤ ਹੈ ਇਹ ਜਿਹੜੀ ਜਿਹੜੀ ਕਿਲੜਾਈ ਤੋਂ ਉੱਪਰ ਬਣਾਈ ਗਈ ਹੈ। ਜੀ। ਬਾਕੀ ਵੀ ਕਈ ਫਿਲਮਾਂ ਇਸ ਤਰ੍ਹਾਂ ਦੀ ਬਣੀਆਂ ਆ ਜਿਦੇ ਵਿੱਚ ਕਈ ਤਰ੍ਹਾਂ ਦੀਆਂ ਸਟੋਰੀਆਂ ਜਿਹੜੀਆਂ ਉਹ ਬਣਾ ਕੇ ਦਰਸ਼ਕਾਂ ਦੇ ਸਾਹਮਣੇ ਰੱਖੀਆਂ ਗਈਆਂ। ਹਾਂ। ਆ ਫਿਲਮ ਦਿੱਥੇ ਤੱਕ ਸਵਾਲ ਹੈਗਾ ਫਿਲਮ ਦਾ। ਇਹਦੇ ਵਿੱਚ ਕਾਮ ਤੌਰ ਤੇ ਪੁੱਛਿਆ ਜਾਂਦਾ ਜੀ ਕਿ ਇਹਦੇ ਵਿੱਚ ਕਿੰਨੀ ਸਚਾਈ ਹੈ ਤੇ ਕਿੰਨੀ ਇਹਦੇ ਵਿੱਚ ਜਿਹੜੀ ਹੈ ਉਹ ਸਚਾਈ ਨਹੀਂ ਹੈ। ਆ ਦਿੱਥੋਂ ਤੱਕ ਮੇਰਾ ਸਵਾਲ ਹੈ ਜ ਜਿੰਨਾ ਮੈਂ ਜਾਣਦਾ ਹਾਂ। ਉਹ ਇਹ ਹੈ ਕਿ ਜਿਹੜੇ ਫੌਜ ਦੇ ਉਹਦੇ ਵਿੱਚ ਜੋ ਵੀ ਚੀਜ਼ ਦਸੀ ਗਈ ਹੈ ਉਹ ਗਵਰਨਮੈਂਟ ਨੂੰ ਕਲੀਅਰੈਂਸ ਫਰ ਉਹ ਸਰਕਾਰ ਤੋਂ ਅਜਾਸ ਲੈ ਕੇ ਕੀਤੀ ਹੈ ਤੇ ਜੇ ਕੋਈ ਪ੍ਰੋਡਿਊਸਰ ਜਾਂ ਡਾਇਰੈਕਟਰ ਕੋਈ ਹੋਰ ਚੀਜ਼ਾਂ ਕੋਈ ਡਾਂਸ ਤੇ ਖਾਲਦਾ ਜਾਂ ਕੋਈ ਫੇਰੀ ਲਾਂਦਾ ਜਾਂ ਕੋਈ ਇਦਾਂ ਦੀਆਂ ਚੀਜ਼ਾਂ ਦਿਖਾਲਦੇ ਆਂ ਉਹ ਤਾਂ ਮੈਂ ਤਾਂ ਉੱਥੇ ਦੇਖਿਆ ਨਹੀਂ ਜਿਨਾਂ ਉੱਥੇ ਹੋਈਆਂ ਲੜਾਈ ਜ਼ਰੂਰ ਹੋਈ ਹੈ ਪਰ ਉਹ ਤਾਂ ਹੁਣ ਉਹਦਾ ਜਵਾਬ ਤਾਂ ਸਿਰਫ ਪ੍ਰੋਡਿਊਸਰ ਨੂੰ ਪਿਕਚਰਾਈਜ਼ ਕਰਨਾ ਮੇਰੇ ਤੋਂ ਨੂੰ ਬਾਕੀ ਹੈ ਕਿ ਇਹ ਚੀਜ਼ਾਂ ਵਿੱਚ ਹਾਂਜੀ ਮੋਟੋ ਮੋਟੀਵੇਸ਼ਨ ਦੇ ਅਸੀਂ ਅਜੇ ਤੱਕ ਅੰਗਰੇਜ਼ਾਂ ਦੀਆਂ ਲੜਾਈਆਂ ਦੇ ਬਾਰੇ ਜਾਣਦੇ ਰਹੇ ਹਾਂ ਸਾਡੇ ਬੱਚੇ ਜਿਹੜੇ ਹੈ ਉਹ ਫਿਲਮ ਸਟਾਰਾਂ ਦੇ ਨਾਂ ਜਾਣਦੇ ਨੇ ক্রিকেট ਪਲੇਅਰਾਂ ਦੇ ਨਾਂ ਜਾਣਦੇ ਹਨ ਫੌਜੀਆਂ ਦੇ ਨਾਲ ਬਾਦਰਾ ਦੇ ਯਸ਼ੀਦਤ ਨਾਂ ਬਹੁਤ ਹੀ ਕੱਟ ਬੰਦਿਆਂ ਨੂੰ ਜੋ ਬਹੁਤ ਕੱਟ ਬੱਚਿਆਂ ਨੂੰ ਪਤਾ ਹੈ ਐਸ ਤਰ੍ਹਾਂ ਦੀ ਫਿਲਮਾਂ ਜ਼ਰੂਰ ਬਣਨੀਆਂ ਚਾਹੀਦੀਆਂ ਹਨ ਜਿਨ੍ਹਾਂ ਦੇ ਨਾਲ ਕਿ ਸਾਡੀ ਨੈਕਸਟ ਜਨਰੇਸ਼ਨ ਜਿਹੜੀ ਹੈ ਉਹ ਮੋਟੀਵੇਟ ਹੋ ਸਕੇ ਸਾਡੇ ਬੱਚੇ ਫੌਜ ਜਾ ਸਕਣ ਫੌਜ ਜਾਣ ਤੋਂ ਬਾਅਦ ਉਹ ਬਹਾਦਰੀ ਵੀ ਦਿਖਾਣ ਇਹ ਕਹਿੰਦੀ ਕਿ ਨਹੀਂ ਤਾਂ ਇਹ ਨਹੀਂ ਕਿ ਉੱਥੇ ਫੌਜ ਜਾ ਕੇ ਫਿਰ ਉਹ ਜ਼ਿਲਾ ਮੰਗਣ ਪਿੱਛੇ ਆਂ ਜਿਉ ਬਹਾਦਰਾਂ ਦੀਆਂ ਗੱਲਾਂ ਕਰਾਂਗੇ ਤੇ ਉਹ ਬਹਾਦਰੀ ਦਿਖਾਣਗੇ ਤੇ ਐਦਾਂ ਦੀਆਂ ਫਿਰਮਾਂ ਸਰਕਾਰ ਨੂੰ ਜ਼ਰੂਰ ਬਣਾਉਣੀਆਂ ਜਿਹੜੇ 120 ਜਵਾਨ ਉਸ ਵੇਲੇ ਤੁਹਾਡੇ ਨਾਲ ਸੀ ਉਹਨਾਂ ਨਾਲ ਤੁਸੀਂ ਟੱਚ 'ਚ ਹੈਗੇ ਆ ਮੇਰੇ ਨਾਲ ਬਿਲਕੁਲ ਟੱਚ ਹੈਗੇ ਜੀ ਸਤਪੁੱਤੋ ਤੋਂ ਪਰਸੋਂ ਹੀ ਮੇਰੇ ਕੋਲ ਤਿੰਨ ਜਵਾਨ ਆਏ ਸੀਗੇ ਇੱਥੇ ਅੱਛਾ ਮੈਨਲੇ ਜੀ ਜਿਸਾ ਉਤੋਂ ਵੀ ਕਾਫੀ ਏਜਡ ਹੋ ਗਏ ਓਏ ਸਾਰੇ ਉਬੜੇ ਹੋ ਰਹੇ ਜੀ ਤੇ ਮੈਂ ਉਹਨਾਂ ਨਾਲ ਮੇਰਾ ਬਹੁਤ ਜ਼ਿਆਦਾ ਪਿਆਰ ਹੈ ਤੇ ਜਿੰਨੇ ਵੀ ਬੰਦੇ ਆ ਮੈਨੂੰ ਕਈ ਬੰਦੇ ਅਮਰੀਕਾ ਚਲੇ ਗਏ ਕੈਨੇਡਾ ਚਲੇ ਗਏ ਉੱਥੋਂ ਵੀ ਟੈਲੀਫੋਨ ਕਰਦੇ ਰਹਿੰਦੇ ਆ ਤੇ ਅਸੀਂ ਇੱਕ ਇੱਕ ਐਜ਼ ਅ ਪਰਿਵਾਰ ਇੱਕ ਪਰਿਵਾਰਕ ਤੌਰ ਤੇ ਲੜੇ ਆ ਉੱਥੇ ਇਹ ਨਹੀਂ ਸਾਡੇ ਕੋਈ ਜ਼ਿਆਦਾ ਅੰਤ ਨਹੀਂ ਸੀ ਗਿਆ ਗੇ ਆਪ ਵੀ ਜ ਸਾਡਾ ਮੇਲ ਮਲਾਪ ਮੇਲ ਜੋਰ ਬਹੁਤ ਸੀਗਾ ਖਾਸ ਕਰਕੇ ਮੇਰਾ ਤੇ ਜਵਾਨਾਂ ਦਾ ਉਹਦੇ ਕਰਕੇ ਹੁਣ ਵੀ ਮੇਰੇ ਕੋਲ ਆਦੇ ਰਹਿੰਦੇ ਜੀ ਤੇ ਮੈਂ ਉਹਨਾਂ ਨੂੰ ਕਹਿੰਨਾ ਵੀ ਜੀ ਆਏ ਉਹਨੂੰ ਜਦੋਂ ਵੀ ਆਦੇ ਕਿ ਦਵਲ ਫੁਲਕਣ ਸਿਕੋ ਸਾਡੇ ਕੋਲ ਰੋ ਪੁਰਾਣੀਆਂ ਯਾਦਾਂ ਤਾਜ਼ਾ ਹੋ ਜਾਂਦੀ ਆਏ ਸੀਗੇ ਜੀ ਮੈਂ ਤੁਹਾਨੂੰ ਦੱਸਿਆ ਕਿ ਦੋ ਤਿੰਨ ਦਿਨ ਪਹਿਲਾਂ ਹੀ ਆਏ ਥੇ ਉਦੋਂ ਤੇ ਅੱਜ ਤੱਕ ਅੱਜ ਦੇ ਵਿੱਚ ਕੀ ਫਰਕ ਆਇਆ ਤੁਹਾਡੇ ਹਿਸਾਬ ਨਾਲ ਅਗਰ ਤੁਸੀਂ ਓਵਰਆਲ ਤਜਰਬਾ ਦੇਖੋ ਤੁਸੀਂ 1965 ਦੀ ਜੰਗ ਵੀ ਲੜੀ 71 ਦੀ ਜੰਗ ਵੀ ਲੜੀ ਚਲੋ ਉਸ ਵੇਲੇ ਫੌਜ ਜਿ ਜਿੰਨੇ ਵੀ ਸਾਧਨ ਹੁੰਦੇ ਸੀਗੇ ਅੱਜ ਤੁਹਾਡੇ ਹਿਸਾਬ ਨਾਲ ਕੀ ਫਰਕ ਆ ਗਿਆ ਔਰ ਕੀ ਜੋ ਪਹਿਲਾਂ ਜੋਸ਼ ਸੀਗਾ ਅੱਜ ਵੀ ਬਰਕਰਾਰ ਹੈ ਇਹ ਫੌਜ ਨੂੰ ਜੁਆਇਨ ਕਰਨ ਦਾ ਆ ਦੇਖੋ ਇਸ ਤਰ੍ਹਾਂ ਹੈਗਾ ਜੀ ਕਿ ਪਹਿਲਾਂ ਨਾਲੋਂ ਬਹੁਤ ਤਬਦੀਲੀਆਂ ਹੋਈਆਂ ਫੌਜ ਦੇ ਵਿੱਚ 1962 ਦੇ ਵਿੱਚ ਜਦੋਂ ਚਾਈਨਾ ਨਾਲ ਲੜਾਈ ਹੋਈ ਸੀ ਜੀ ਸਾਡੇ ਕੋਲ ਨਾ ਤਾਂ ਕਪੜਮ ਸੀਗਾ ਨਾ ਸਾਡੇ ਕੋਲ ਉਸ ਇਲਾਕੇ ਦੇ ਇੰਨੀ ਜਿੱਥੇ ਸਰਦੀ ਪੈਂਦੀ ਸੀ ਨਾ ਸਾਡੇ ਕੋਲ ਕਲੋਥਿੰਗ ਸੀਗੀ ਨਾ ਸਾਡੇ ਕੋਲ ਉਹਨਾਂ ਦਿਨਾਂ ਦੇ ਵਿੱਚ ਕੋਈ ਹਥਿਆਰ ਸੀਗੇ ਚੰਗੇ ਨਾ ਸਾਡੇ ਕੋਲ ਕਮਿਊਨੀਕੇਸ਼ਨ ਸੀਗਾ ਤੇ ਹੁਣ ਅੱਜ ਦੇ ਯੁੱਗ ਦੇ ਵਿੱਚ ਬਹੁਤ ਚੀਜ਼ਾਂ ਦੀ ਤਰੱਕੀ ਹੋਈ ਹੈ ਹਰ ਪਾਸਿਓਂ ਈਕਪਮੈਂਟ ਵੀ ਨਵੇਂ ਆਏ ਹਨ ਕੋਈ ਕਲੋਥਿੰਗ ਵੀ ਨਵਾਂ ਆਇਆ ਹੈ ਤੇ ਹਥਿਆਰ ਵੀ ਨਵੇਂ ਆਏ ਐ ਟੈਕਟਿਕਸ ਵੀ ਨਵੀਂ ਬਦਲੀ ਹੈ ਉਹਦੇ ਨਾਲ ਬੜਾ ਫਰਕ ਪਿਆ ਜੀ ਪਹਿਲੇ ਦਿਨਾਂ ਨਾਲੋਂ ਹੁਣ ਦੇ ਨਾਲ ਅੱਜ ਦੀ ਲੜਾਈ ਐ ਪੁਰਾਣੀ ਲੜਾਈ ਦੇ ਵਿੱਚ ਬਹੁਤ ਫਰਕ ਹੈ ਨਵੇਂ ਕੰਪਿਊਟਰਾਈਜ਼ ਸਾਤ ਚੀਜ਼ ਬਣ ਚੁੱਕੀ ਹੈ ਸੈਟਲਾਈਟ ਤੋਂ ਤੁਹਾਨੂੰ ਹਰ ਚੀਜ਼ ਦਾ ਪਤਾ ਲੱਗ ਜਾਂਦਾ ਜਦੋਂ ਕਿ ਉਹਨਾਂ ਦਿਨਾਂ ਵਿੱਚ ਕਿਸੇ ਵੀ ਬੰਦੇ ਦਾ ਜਾਂ ਕਿਸੇ ਦੁਸ਼ਮਣ ਦੇ ਬਾਰੇ ਪਤਾ ਕਰਨਾ ਬਹੁਤ ਮੁਸ਼ਕਲ ਹੁੰਦਾ ਸੀ ਪਰ ਤੁਸੀਂ ਨਹੀਂ ਸਮਝਦੇ ਕਿ ਅੱਜ ਰੁਝਾਨ ਘਟ ਗਿਆ ਫੌਜ ਦੇ ਵਿੱਚ ਅਗਰ ਮੈਂ ਪੰਜਾਬ ਦੀ ਐਗਜ਼ਾਮਪਲ ਲਵਾਂ ਜਾਂ ਪੰਜਾਬੀਆਂ ਦੀ ਗੱਲ ਕਰਾਂ ਤਾਂ ਗਿਣਤੀ ਥੋੜੀ ਘਟਦੀ ਨਹੀਂ ਜਾ ਰਹੀ ਐਸਾ ਜੀ ਕਿ ਗਿਣਤੀ ਤਾਂ ਨਹੀਂ ਘਟ ਰਹੀ ਦੇਖੋ ਤੁਸੀਂ ਕਿਸੇ ਵੀ ਪੰਜਾਬ ਦੇ ਵਿੱਚ ਜਿੱਥੇ ਭਰਤੀ ਹੁੰਦੀ ਹੈ ਜਿਸ ਸੌ ਬੰਦੇ ਦੀ ਪਾਰਟੀ ਹੁੰਦੀ ਹੈ ਨਾ ਜਿਸ ਸੌ ਵੈਕੈਂਸੀ ਫੋਜੀ ਆ ਨਹੀਂ ਹੁੰਦੀ ਹੈ ਉੱਥੇ 5-6000 ਬੰਦਾ ਪਹੁੰਚਿਆ ਹੁੰਦਾ ਇਹ ਕਹਿ ਦੇਣਾ ਆਪਾਂ ਨੂੰ ਕਿ ਵੀ ਰੁਜ਼ਗਾਰ ਘਟ ਰਿਹਾ ਹਾਂ ਇਹ ਜ਼ਰੂਰ ਹੈ ਕਿ ਅਨਐਮਪਲੋਇਮੈਂਟ ਹੋਣ ਕਰਕੇ ਦੂਜੇ ਪਾਸੇ ਨੌਕਰੀਆਂ ਨਾ ਮਿਲਣ ਕਰਕੇ ਲੋਕ ਫੌਜ ਨੂੰ ਤੇ ਫੌਜ ਦੇ ਹੁਣ ਅਗੇ ਨਾਲੋਂ ਪਹਿਲਾਂ ਨਾਲੋਂ ਪੇਸਕੇਲ ਵੀ ਜਵਾਨਾਂ ਦੀ ਠੀਕ ਹੋ ਗਈ ਹੈ ਅਫਸਰਾਂ ਦੀ ਵੀ ਠੀਕ ਹੋ ਗਈ ਹੈ ਜੀ ਸ਼ੂਦੀ ਵੀ ਰਾਸ਼ਨ ਵੀ ਚੰਗੇ ਆ ਗਏ ਹੋਰ ਬਹੁਤ ਫੈਸਿਲਟੀਆਂ ਮਿਲੀਆਂ ਜਿਹੜੀਆਂ ਕਿ ਪਹਿਲਾਂ ਨਹੀਂ ਸੀਗੀਆਂ ਰੋਜ਼ਾਨ ਤੈ ਹੁਣ ਇਸ ਤਰ੍ਹਾਂ ਇੱਕ ਪੰਜਾਬ ਦੀ ਗੱਪ ਆ ਗੱਲ ਕਰ ਰਹੇ ਆ ਮਾਰਾ ਰਿੰਜੀਤ ਸਿੰਘ ਅਕੈਡਮੀ ਖੁੱਲੀ ਆ ਇੱਥੇ ਮੋਹਾਲੀ ਦੇ ਵਿੱਚ ਉਹਦਾ ਬਹੁਤ ਵੱਡਾ ਯੋਗਦਾਨ ਹੈ ਉਹ ਜੋ 22 ਸਾਡੇ ਅੱਜ ਤੱਕ ਵੀ ਜਿੰਨਾ ਮੈਂ ਪੜ ਰਿਹਾ ਪੀਪਰਾਂ ਦੇ ਵਿੱਚ ਤੇ ਉਹ ਜਿਹੜੇ ਕੈਡਰ ਜਿਹੜੇ ਅਫਸਰਾਂ ਨੇ ਇਦੀ ਦੇ ਦਿੱਤੇ ਜੀ 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 ਤੇ ਮਾਈ ਭਾਗੋ ਜੀ ਦੇ ਨਾਂ ਤੇ ਕੁੜੀਆਂ ਦੇ ਲਈ ਕੁੜੀਆਂ ਦਾ ਬਣਿਆ ਉਹ ਅੱਜ ਕੱਲ ਉਹਨਾਂ ਦਾ ਵੀ ਟ੍ਰੇਨਿੰਗ ਜਾਰੀ ਹੈ ਉਹ ਸਾਨੂੰ ਪੂਰੀ ਆਸ ਹੈ ਕਿ ਉਹ ਵੀ ਬੜੀ ਕਾਮਯਾਬ ਹੋਣਗੀਆਂ ਤੇ ਰੁਝਾਨ ਘਟਿਆ ਨਹੀਂ ਹੈਗਾ ਇਹ ਆਮ ਪ੍ਰੋਪਾਗੈਂਡਾ ਕਿਸੇ ਐਸੋਸੀਏਟ ਹੋ ਉਹਨਾਂ ਨਾਲ ਕਿਉਂਕਿ ਜਿਹੜੇ ਕੈਡੀਟਸ ਮਹਾਰਾਜਾ ਰਣਜੀਤ ਸਿੰਘ ਅਕੈਡਮੀ ਜਾਂ ਮਾਈ ਭਾਗੋ ਚ ਲੜਕੀਆਂ ਟ੍ਰੇਨਿੰਗ ਲੈਂਦੀਆਂ ਉਹਨਾਂ ਨੂੰ ਕੋਈ ਵਾਰ ਇਨਸਪੀਰੇਸ਼ਨ ਦਿੰਦੀ ਹੈ ਤੁਹਾਡੇ ਵਰਗੇ ਲੋਕ ਬਿਲਕੁਲ ਠੀਕ ਹੈ ਜੀ ਤੁਹਾਡਾ ਸਵਾਲ ਅ ਦੋ ਤਿੰਨ ਵਾਰੀ ਮੈਨੂੰ ਉਹਨਾਂ ਨੇ ਬੁਲਾਇਆ ਸੀਗਾ ਉਹਨਾਂ ਨੂੰ ਮੋਟੀਵੇਟ ਕਰਨ ਲਈ ਲੈਕਚਰ ਦੇਣ ਲਈ ਮੈਨੂੰ ਜਦੋਂ ਵੀ ਉਹ ਬੁਲਾਉਂਦੇ ਐ ਮੈਂ ਉੱਥੇ ਚਲੇ ਜਾਂਦਾ ਉਹ ਬੱਚੇ ਬੜੇ ਖੁਸ਼ ਹੁੰਦੇ ਮਿਲ ਕੇ ਸਵਾਲ ਪੁੱਛਦੇ ਐ ਅਸੀਂ ਜਵਾਬ ਦੇ ਦਈਏ ਤੇ ਬੱਚਿਆਂ ਨੂੰ ਦੇਖ ਕੇ ਸਾਨੂੰ ਬੜੀ ਖੁਸ਼ੀ ਹੁੰਦੀ ਐ ਕਿਉਂਕਿ ਜਦੋਂ ਅਸੀਂ ਹੋਏ ਸੀ ਉਹਨਾਂ ਦਿਨਾਂ ਦੇ ਵਿੱਚ 1962 ਦੇ ਜਿਨ੍ਹਾਂ ਦੇ ਵਿੱਚ ਫੈਸਿਲਿਟੀਆਂ ਨਹੀਂ ਸੀ ਹੁੰਦੀਆਂ ਅਸੀਂ ਲੋਕਾਂ ਤੋਂ ਪੁੱਛਦੇ ਹੁੰਦੇ ਸੀ ਫੌਜ ਕਿੱਦਾਂ ਚਾਹੀਦਾ ਹੈਗਾ ਕਿ ਅਸੀਂ ਵੀ ਅਫਸਰ ਬਣਨਾ ਤੁਹਾਨੂੰ ਦੱਸੋ ਹੁਣ ਹਰ ਚੀਜ਼ ਇੰਟਰਨੈਟ ਤੇ ਅਵੇਲੇਬਲ ਐਡਵਰਟਾਈਜ਼ਮੈਂਟ ਫੋਰ ਜੇਰ ਹੋ ਜਾਂਦੀਆਂ 에ਅਰ ਫੋਰਸ ਨੇਵੀ ਦੀਆਂ ਤੇ ਇਹ ਬੱਚੇ ਜਿਹੜੇ ਆ ਇਹ ਮੇਰੇ ਖਿਆਲ ਸਭ ਤੋਂ ਵੱਡਾ ਜਿਹੜਾ ਕੰਮ ਕੀਤਾ ਸਾਡੀ ਪੰਜਾਬ ਸਰਕਾਰ ਨੇ ਇਹ ਦੋ ਅਕੈਡਮੀਆ ਖੋਲ ਕੇ ਬਹੁਤ ਵੱਡਾ ਯੋਗਦਾਨ ਤੇ ਪੰਜਾਬ ਦੇ ਲਈ ਇਹ ਬਹੁਤ ਵੱਡੀ ਇੱਕ ਉਹਨਾਂ ਨੇ ਦਾਤ ਦਿੱਤੀ ਹੈ ਚਲੋ ਮੈਂ ਇੱਕ ਇੱਕ ਬ੍ਰੇਕ ਹੋਰ ਲੈਣੀ ਹੈ ਜੀ ਅਸੀਂ ਛੋਟੀ ਜੀ ਬ੍ਰੇਕ ਤੋਂ ਬਾਅਦ ਸਾਡੀ ਜਿਹੜੀ ਗੱਲਬਾਤ ਹੈ ਉਹ ਇਸੇ ਤਰੀਕੇ ਨਾਲ ਬ੍ਰਿਗੇਡੀਅਰ ਕੁਲਦੀਪ ਸਿੰਘ ਚੰਦਪੂਰੀ ਹੋਰਾਂ ਨਾਲ ਜਾਰੀ ਰਹੇਗੀ ਇਸ ਵੇਲੇ ਹਿੰਦੁਸਤਾਨ ਪਾਕਿਸਤਾਨ ਦੇ ਰਿਸ਼ਤਿਆਂ ਦੀ ਬਹੁਤ ਗੱਲ ਹੁੰਦੀ ਹੈ ਕਿਸ ਤਰੀਕੇ ਨਾਲ ਰਿਸ਼ਤੇ ਅੱਗੇ ਵਧਨੇ ਚਾਹੀਦੇ ਆ ਗੱਲਬਾਤ ਦਾ ਦੌਰ ਹੈ ਕੋਸ਼ਿਸ਼ਾਂ ਹੁੰਦੀਆਂ ਉਸ ਨੂੰ ਸਬੋਟਾਜ ਕਰਨ ਦੀਆਂ ਵੀ ਬੜੀਆਂ ਕੋਸ਼ਿਸ਼ਾਂ ਹੁੰਦੀਆਂ ਸੋ ਇਹਨਾਂ ਦਾ ਪੁਆਇੰਟ ਆਫ View ਕੀ ਹੈ ਇੱਕ ਬਹੁਤ ਛੋਟਾ ਜਿਹਾ ਬ੍ਰੇਕ ਜਲਦੀ ਵਾਪਸ ਆ ਕੇ ਅਸੀਂ ਇਸ ਗੱਲ ਨੂੰ ਕਨਕਲੂਡ ਕਰਾਂਗੇ ਡੈਕਟੋ ਵਾ ਦੇ ਕੁਆਰ ਫਿਰ ਸਵਾਗਤ ਹੈ ਦਰਸ਼ਕਾਂ ਦਾ ਸਾਡੇ ਇਸ ਖਾਸ ਸ਼ੋਅ ਦੇ ਵਿੱਚ ਸਾਡੀ ਗੱਲਬਾਤ ਚੱਲ ਰਹੀ ਹੈ ਬ੍ਰਿਗੇਡੀਅਰ ਕੁਲਦੀਪ ਸਿੰਘ ਚਾਂਦਪੁਰੀ ਹੋਰਾਂ ਨਾਲ ਮਹਾਵੀਰ ਚੱਕਰ ਵਿਜੇਤਾ ਔਰ ਵਿਸ਼ਿਸ਼ਟ ਸੇਵਾ ਸੇਵਾ ਮੈਡਲ ਇਹਨਾਂ ਨੂੰ ਇਹਨਾਂ ਦੀਆਂ ਸੇਵਾਵਾਂ ਦੇ ਲਈ ਮਿਲ ਚੁੱਕਿਆ ਹੈ ਬ੍ਰਿਗੇਡੀਅਰ ਸਾਹਿਬ ਜਦੋਂ ਆਪਾਂ ਇੰਡੀਆ ਪਾਕਿਸਤਾਨ ਦੀ ਗੱਲ ਕਰਦੇ ਹਾਂ ਤੁਸੀਂ ਤੇ ਮਤਲਬ ਹੋਰ ਕੋਈ ਹੋਣਾ ਨਹੀਂ ਜਿਨੇ ਐਸ ਐਨੀ ਨੇੜਿਓ ਇਸ ਚੀਜ਼ ਨੂੰ ਦੇਖਿਆ ਇਹਨਾਂ ਰਿਸ਼ਤਿਆਂ ਨੂੰ ਹੰਡਾਇਆ ਆਪਣੇ ਉੱਪਰ ਸੋ ਅੱਜ ਜਦੋਂ ਗੱਲਬਾਤ ਹੁੰਦੀ ਹੈ ਇੰਡੋ ਪਾਕ ਰਿਸ਼ਤਿਆਂ ਦੀ ਹਾਲੇ ਵੀ ਜਿਹੜੀ ਉਹ ਕੁੜੱਤਨ ਹੈ ਉਸੇ ਤਰੀਕੇ ਨਾਲ ਹੈ ਜਦੋਂ ਕੋਈ ਕੋਸ਼ਿਸ਼ ਹੁੰਦੀ ਹੈ ਉਸ 'ਚ ਫਿਰ ਕੋਈ ਉਸ ਨੂੰ ਸਾਬੋਤਾਜ ਕਰ ਦਿੰਦਾ ਹੈ ਫਿਰ ਉਸ 'ਚ ਟੈਰਰਿਸਟ ਐਕਟੀਵਿਟੀਆਂ ਇਨਵੋਲ ਹੋ ਜਾਂਦੀਆਂ ਫਿਰ ਵਾਰ-ਵਾਰ ਇਹਨਾਂ ਗੱਲਾਂ ਤੇ ਬਹਿਸ ਹੁੰਦੀ ਹੈ ਆਪੋਜੀਸ਼ਨ ਪਾਰਟੀਆਂ ਸਰਕਾਰ ਨੂੰ ਘੇਰਦੀਆਂ ਵੀ ਗੱਲਬਾਤ ਵਧਣੀ ਚਾਹੀਦੀ ਹੈ ਨਹੀਂ ਵਧਣੀ ਚਾਹੀਦੀ ਤੁਸੀਂ ਕੀ ਸੋਚਦੇ ਹੋ ਕਿ ਇਹਨਾਂ ਚੀਜ਼ਾਂ ਨੂੰ ਕੋਈ ਸੌਟ ਆਊਟ ਦਾ ਤਰੀਕਾ ਕੀ ਹੈ ਜਾਂ ਕੀ ਗੱਲਬਾਤ ਨੂੰ ਇਸੇ ਤਰੀਕੇ ਨਾਲ ਕੰਟੀਨਿਊਟੀ 'ਚ ਵਧਾਉਣਾ ਚਾਹੀਦਾ ਦੇਖੋ ਅੱਜ ਤੋਂ 1947 ਤੋਂ ਪਹਿਲਾਂ ਪਾਕਿਸਤਾਨ ਹਿੰਦੁਸਤਾਨ ਇਕੱਠਾ ਰਿਹਾ ਸੰਦੇ ਕੰਮਰੇ ਸਾਡੇ ਇਹ ਬਦਕਿਸਮਤੀ ਹੋਈ ਹੈ 1947 ਦੇ ਵਿੱਚ ਕਿ ਵਟਵਾਰਾ ਹੋਇਆ ਜਿਹਦੇ ਵਿੱਚ ਆਮ ਪਬਲਿਕ ਦਾ ਬਹੁਤ ਨੁਕਸਾਨ ਹੋਇਆ ਤੇ ਤੁਹ ਤੱਕ ਲੜਾਈ ਦਾ ਸਵਾਲ ਹੈ ਇਹ ਬੜੀ ਮਹਿੰਗੀ ਪੈਂਦੀ ਹੈ ਚਾਹੇ ਪਾਕਿਸਤਾਨ ਨੂੰ ਹੋਵੇ ਚਾਹੇ ਹਿੰਦੁਸਤਾਨ ਨੂੰ ਹੋਵੇ ਤੇ ਅਸੀਂ ਦੋ ਪੜੋਸੀ ਦੇਸ਼ ਹੈਗੇ ਆ ਆਮੇ ਕਿਹਾ ਜਾਂਦਾ ਹੈ ਕਿ ਪੜੋਸੀਆਂ ਨਾਲ ਕਦੇ ਵੀ ਬਗੜ ਨਹੀਂ ਨਹੀਂ ਚਾਹੀਦੀ ਔਖੇ ਵੇਲੇ ਕਦੇ ਨਾ ਕਦੇ ਜੁਰੂਰ ਕੰਮ ਆਦੇ ਪੜੋਸੀ ਆ ਬਾਕੀ ਇਹ ਸਰਕਾਰ ਦੇ ਲੈਵਲ ਤੇ ਤੁਹਾਨੂੰ ਵੀ ਪਤਾ ਹੈ ਮੈਨੂੰ ਵੀ ਪਤਾ ਹੈ ਦਰਸ਼ਕਾਂ ਨੂੰ ਵੀ ਪਤਾ ਹੈ ਕਿ ਸਾਡੇ ਨੇਤਾ ਜਿਹੜੇ ਹੈ ਉਹ ਹਰ ਵੇਲੇ ਇਹਨਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਜਿਹੜੀਆਂ ਸਾਡੀਆਂ ਸਮੱਸਿਆਵਾਂ ਇਹਨਾਂ ਦਾ ਕੋਈ ਨਾ ਕੋਈ ਹੱਲ ਕੱਢਿਆ ਜਾਵੇ ਬੈਠ ਕੇ ਨਾ ਕਿ ਲੜਕੇ ਲੜਕੇ ਆਪਾ ਦੇਖ ਲਿਆ ਨਾ ਉਹਨਾਂ ਨੂੰ ਫਾਇਦਾ ਹੋਇਆ ਤੇ ਨਾ ਸਾਨੂੰ ਫਾਇਦਾ ਹੋਇਆ ਦੋਨੋਂ ਪਾਸਿਆਂ ਦਾ ਨੁਕਸਾਨ ਹੋਇਆ ਗਾਣੋ ਵੀ ਲੜਾਈ ਹੋਈ ਫਿਰ ਵੀ ਨੁਕਸਾਨ ਹੀ ਹੋਏਗਾ ਤੇ ਬਾਕੀ ਜਦੋਂ ਵੀ ਅਸੀਂ ਇਹ ਦੇਖ ਰਹੇ ਹਾਂ ਕਿ ਕੋਈ ਵੀ ਗੱਲ ਚਲਦੀ ਹੈ ਕਿਸੇ ਸਿਰੇ ਲੱਗਣ ਵਾਲੀ ਹੁੰਦੀ ਹੈ ਕੋਈ ਨਾ ਕੋਈ ਰੁਕਾਵਟਾਂ ਜ਼ਰੂਰ ਪਾਣੇ ਕੇ ਇਸ ਤਰ੍ਹਾਂ ਦੇ 엘িমੈਂਟਸ ਹੈਗੇ ਜਿਹੜੇ ਕਿ ਉਹ ਨਹੀਂ ਚਾਹਦੇ ਕਿ ਇਹਨਾਂ ਦਾ ਆਪਸ ਵਿੱਚ ਹੀ ਫੈਸਲਾ ਹੋਵੇ ਲੇਕਿਨ ਬੈਸਟ ਚੀਜ਼ ਤੇ ਹੀ ਹੈ ਤੇ ਆਪਸ ਵਿੱਚ ਹੀ ਬਹਿ ਕੇ ਗੱਲ 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 ਸੌਟ ਆਊਟ ਕੀਤਾ ਜਾਵੇ ਠੀਕ ਹੈ ਜੀ ਗੱਲਬਾਤ ਦੇ ਜ਼ਰੀਏ ਹੀ ਇਹ ਫੈਸਲਾ ਹੋਣਾ ਚਾਹੀਦਾ ਲੜਾਈ ਲੜਾਂਗੇ ਉਹਨਾਂ ਦਾ ਵੀ ਨੁਕਸਾਨ ਹੋਊਗਾ ਸਾਡਾ ਵੀ ਨੁਕਸਾਨ ਹੋਊਗਾ ਮਾਰੇ ਕੋਣ ਜਾਣਗੇ ਗਰੀਬ ਜਨਤਾ ਮਰੀ ਜਾਊਗੀ ਉਹਨਾਂ ਦਾ ਨੁਕਸਾਨ ਹੋਊਗਾ ਹੋਰ ਗਰੀਬੀ ਆਊਗੀ ਸਾਡੇ ਤੇ ਤੇ ਸਾਡੇ ਅੱਜ ਤਾਂ ਬੇਨਤੀ ਕਰਾਂਗੇ ਦੋਨੋਂ ਪਾਸੇ ਦੇ ਲੀਡਰਾਂ ਨੂੰ ਕਿ ਵੀ ਤੁਸੀਂ ਬਹਿ ਕੇ ਫੈਸਲਾ ਕਰ ਲਓ ਤੇ ਉਹ ਦੋਨੋਂ ਦੇਸ਼ ਖੁਸ਼ਹਾਲ ਬਸਣ ਇੱਕ ਦੂਜੇ ਨਾਲ ਸਾਝਾ ਪਾਈਚਾਰਾ ਰਹੇ ਉਹੀ ਚੰਗਾ ਲੱਗੂਗਾ ਸਾਨੂੰ ਚਲੋ ਬ੍ਰਿਗੇਡੀਅਰ ਸਾਹਿਬ ਮੈਂ ਹੁਣ ਥੋੜਾ ਜਿਆ ਥੋਡੇ ਨਾਲ ਤੁਹਾਡੀ ਨਿੱਜੀ ਜ਼ਿੰਦਗੀ ਬਾਰੇ ਜਾਂ ਹੁਣ ਅੱਜਕੱਲ ਕੀ ਰੁਝੇਵੇਂ ਨੇ ਤੁਸੀਂ ਸਪੋਰਟਸ ਨਾਲ ਵੀ ਜੁੜੇ ਹੋ ਮੈਨੂੰ ਜੀ ਥੋੜਾ ਖੇਡਾਂ ਦਾ ਵੀ ਸ਼ੌਕ ਰਿਹਾ ਹੈ ਕੋਲੀ ਦੇ ਦਿਨਾਂ ਤੋਂ ਵੀ ਤੇ ਉਦੋਂ ਬਾਅਦ ਜਦੋਂ ਅਸੀਂ ਫੌਜ ਜੁਆਇਨ ਕਰ ਲਈ ਉਦੋਂ ਵੀ ਤੇ ਕਾਫੀ ਐਕਟਿਵ ਲਾਈਫ ਰੱਖੀ ਹੈ ਹੋਣੇ ਹੈਗਾ ਕਿ ਉਹ ਰਿਟਾਇਰ ਹੋ ਚੁੱਕੇ ਆ ਜੀ ਪਰ ਹਲੇ ਵੀ ਅਸੀਂ ਐਸੋਸੀਏਸ਼ਨ ਨਹੀਂ ਛੱਡੀ ਮੈਂ ਜਿਹੜਾ ਸਾਡਾ IWAF ਸਭ ਤੋਂ ਵੱਡਾ ਆਜ਼ਾਰਾ ਹੈ ਖੇਡਾਂ ਦਾ ਬੋਰਡ ਦਾ ਉਹਨਾਂ ਦੇ ਉੱਪਰ ਉਹਨਾਂ ਦੇ ਇੱਕ ਪੈਨਲ ਬਣਿਆ ਵਾਕ ਜਜ ਜਿਹੜੇ ਜੱਜ ਕਰਦੇ ਆ ਕਿ ਉਹਦਾ ਵਾਕ ਕਰ ਰਿਹਾ ਕਿ ਦੇ ਦੌੜ ਰਿਹਾ ਉਹ ਚਮੇ ਕੱਲਈ ਕੋਈ ਬੰਦਾ ਹਿੰਦੁਸਤਾਨ ਤੋਂ ਜਿਹੜਾ ਮੈਂ ਉਹਨਾਂ ਦੇ ਪੈਨਲ ਤੇ ਹੈਗਾ ਜਿਹਦੇ ਦਿਨ ਦੇ ਵਿੱਚ ਬਾਕੀ ਇੱਥੇ ਆਪਰੇਂ ਰਜਿਮ ਇਹਨੂੰ ਕੈਮ ਰੱਖਣ ਲਈ ਇੱਥੇ ਬੱਚਿਆਂ ਨੂੰ ਜਦੋਂ ਕੋਈ ਗੇਮ ਹੁੰਦੀ ਆ ਤਾਂ ਮੈਂ ਚੱਲ ਜਾਂਦਾ ਉਹਨਾਂ ਦੇ ਸਟੇਡੀਅਮ ਦੇ ਵਿੱਚ ਉਹਨਾਂ ਨੇ ਮੈਨੂੰ ਪ੍ਰਧਾਨ ਵੀ ਬਣਾਇਆ ਚੰਦੀ ਐਥਲੈਟਿਕ ਐਸੋਸੀਏਸ਼ਨ ਦਾ ਤੇ ਜਿਸ ਲਈ ਤੁਹਾਨੂੰ ਬੱਚਿਆਂ ਨੂੰ ਜਵਾਨ ਬੱਚਿਆਂ ਨੂੰ ਤੁਸੀਂ ਦੇਖਦੇ ਆ ਤਾਂ ਤੁਹਾਨੂੰ ਜੋ ਹਨੀ ਦੇ ਦਿਨ ਆਪਣੇ ਯਾਦ ਆ ਜਾਂਦੇ ਹੋ ਤੇ ਮੈਨੂੰ ਲੱਗਦਾ ਕੋ ਉਮਰ ਵੱਧਦੀ ਰਹਿੰਦੀ ਹੈ ਜੀ ਸਟੇਟਮੈਂਟ ਦਾ ਇਹਦਾ ਸਪੋਰਟਸ ਦਾ ਸ਼ੌਂਕ ਤੁਹਾਨੂੰ ਫੌਜ ਦੇ ਟਾਈਮ ਸੀ ਜਾਂ ਬਾਅਦ ਚ ਰਿਟਾਇਰ ਹੋਣ ਤੋਂ ਬਾਅਦ ਨਹੀਂ ਇਹ ਫੌਜ ਬਲਕਿ ਕਾਲਜ ਤੋਂ ਸੀ ਕਿਉਂਕਿ ਮੇਰੀ ਜਿਹੜੀ ਵਿਦਿਆ ਸੀ ਕੋਲਿਜ ਦੇ ਵਿੱਚ ਉਹ ਸ਼੍ਰੀ ਗੁਰੂ ਗੋਬਿੰਦ ਸਿੰਘ ਕਾਲਜ ਮਾਲਪੁਰ ਦੀ ਸੀ ਜੇ ਤੁਸੀਂ ਜਾਣਦੇ ਹੋ ਕਿ ਮਾਲਪੁਰ ਦਾ ਫੁੱਟਬਾਲ ਦੁਨੀਆ ਦੇ ਵਿੱਚ ਮਸ਼ਹੂਰ ਹੈ ਸ਼ੌਕ ਸੀਗਾ ਪਰ ਮਾਲਪੁਰ ਮੁੰਡੇ ਬਹੁਤ ਤਕੜੇ ਸੀਗੇ ਅਸੀਂ ਉਸ ਲੈਵਲ ਦੇ ਪਲੇਅਰ ਨਹੀਂ ਸੀਗੇ ਉਹ ਸ਼ੌਕ ਫਿਰ ਅਸੀਂ ਫੌਜ ਦੇ ਵਿੱਚ ਨਾਂ ਨਾ ਰੱਖਿਆ ਜੀ ਉੱਥੇ ਵੀ ਗੀਮਾਂ ਹੋਣੀਆਂ ਸਪੋਰਟਸ ਹੋਣੀਆਂ ਉਹਨਾਂ ਨਾਲ ਅਸੋਸੀਏਸ਼ਨ ਰੱਖੀ ਤੇ ਹੁਣ ਵੀ ਆਪਣੇ ਆਪ ਨੂੰ ਰਜੇਮ ਵਿੱਚ ਰੱਖਣ ਲਈ ਕਿ ਵੀ ਹੋਰ ਕਿਸੇ ਗਲਤ ਪਾਸੇ ਨਾ ਪੈ ਜਾਈਏ ਤੇ ਇਹ ਰੱਖਿਆ ਵੀ ਕਿ ਚੋਰ ਬੱਚਿਆਂ ਦੇ ਨਾਲ ਜਾਈਦਾ ਉਹਨਾਂ ਨੇ ਉਹਨਾਂ ਦੀ ਜੋ ਛੋਟੀ ਬਡੀਆਂ ਸਮੱਸਿਆਵਾਂ ਹੁੰਦੀਆਂ ਟੀਮਾਂ ਸਿਲੈਕਟ ਕਰ ਦੇ ਦਿਆਂ ਬੱਚਿਆਂ ਨੂੰ ਕੋਈ ਰਿਫਰੈਸ਼ਮੈਂਟ ਦਾ ਆ ਕੰਮ ਕਰਵਾ ਲਈ ਜਾਂ ਕਿਸੇ ਨੂੰ ਬੇਨਤੀ ਕਰਕੇ ਕਦੇ ਕੋਈ ਐਸਾ ਮੌਕਾ ਨਹੀਂ ਆਇਆ ਵੀ ਪਰਿਵਾਰ ਨੇ ਕਿਹਾ ਹੋਵੇ ਵੀ ਨਹੀਂ ਜੀ ਇਹ ਬੜਾ ਖਤਰੇ ਵਾਲੀ ਗੱਲ ਹੈ ਤੇ ਤੁਸੀਂ ਜਦੋਂ 71 ਵਾਰ ਦੀ ਗੱਲ ਸੀ ਜਾਂ ਹੋਰ ਉਸ ਤੋਂ ਪਹਿਲਾਂ ਵੀ 65 ਵੇਲੇ ਵੀ ਦੇਖੋ ਜੀ ਜੇ ਤਾਂ ਤੁਸੀਂ ਇਹਦੀ ਜਾਪਾ ਸੁਣਣ ਲੱਗਿਏ ਤੇ ਹਣ ਮਾਪੇ ਕਹਿੰਦੇ ਕੋਈ ਸਾਡਾ ਪੁੱਤ ਜਿਹੜਾ ਲੜਾਈ 'ਚ ਨਾ ਜਾਵੇ ਤੇ ਖਤਰਾ ਤਾਂ ਇਹ ਹੈਗਾ ਜੀ ਕਿ ਜਿਸ ਵਿਲੇਜ ਇਨਫਾਇਰ ਦੇ ਵਿੱਚ ਨੌਕਰੀ ਕਰਨੀ ਹੈ ਤਾਂ ਉਹਨੂੰ ਫਿਰ ਮੌਤ ਤੋਂ ਨਹੀਂ ਡਰਨਾ ਚਾਹੀਦਾ ਜਾਂ ਫਿਰ ਉਹਨੂੰ ਫੌਜ ਨਹੀਂ ਜਾਣ ਕਰਨੀ ਚਾਹੀਦੀ ਜਿੱਥੇ ਤੱਕ ਮੇਰੇ ਪਰਿਵਾਰ ਦਾ ਸਵਾਲ ਸੀਗਾ ਮੈਂ ਕੋ ਪਹਿਲਾ ਬੱਚਾ ਨਹੀਂ ਸੀਗਾ ਜਿਹੜਾ ਫੌਜ ਚ ਜਾ ਰਿਹਾ ਸੀਗਾ ਸਾਡੇ ਚਾਚੇ ਬਜ਼ੁਰਗ ਜਿਹੜੇ ਸੀਗੇ ਸਾਡੇ ਸਾਰੇ ਫੌਜ ਚ ਰਹੇ ਐ ਏਅਰ ਫੋਰਸ ਤੇ ਰਹੇ ਤੇ ਸਾਡੇ ਲਈ ਕੋਈ ਨਵੀਂ ਗੱਲ ਨਹੀਂ ਸੀਗੀ ਤੇ ਜਿੱਥੋਂ ਤੱਕ ਖਤਰੇ ਦਾ ਸਵਾਲ ਹੈ ਸ਼ਾਇਦ 70 ਸੱਤ ਦੱਲੇ ਬੈਠੇ ਕੋਈ ਐਡਿਕ ਪਣੀ ਹੈ ਸੋ 24 ਘੰਟੇ ਬਣ ਰਹਾ 24 ਘੰਟੇ ਤੇ ਤੂੰ ਡਰ ਕੇ ਜ਼ਿੰਦਗੀ ਨਹੀਂ ਕੱਢ ਸਕਦੇ ਫੌਜ ਦੇ ਵਿੱਚ ਕਦੇ ਕਿਸੇ ਗੱਲ ਦਾ ਕੋਈ ਮਲਾਲ ਰਿਆ ਹੋਵੇ ਵੀ ਆ ਆ ਆ ਚੀਜ਼ ਕਰਨ ਵਾਲੀ ਸੀ ਜਾਂ ਰਹਿ ਗਈ ਜਾਂ ਮਾਈਂਡ ਸ਼ੋ ਦੇਖੋ ਹੋਂ ਤੇ ਰਹਿ ਗਿਆ ਕੋਈ ਕਿ ਚਲੋ ਅਸੀਂ ਆਪਣਾ ਯੋਗਦਾਨ ਦਿੱਤਾ ਜਿੰਨਾ ਸਾਤੋਂ ਉਹਨਾਂ ਨੂੰ ਚਾਹਦੇ ਆ ਕਿ ਜਿਹੜੇ ਫਿਊਚਰ ਜਨਰੇਸ਼ਨ ਆਣ ਬੜਾ ਮੇਰੇ ਕੋਲ ਕਈ ਬੱਚੇ ਆਂਦੇ ਪੁੱਛਣ ਉਹਨੂੰ ਦਸੀਦਾ ਕਿ ਉਹ ਕਹਿੰਦੇ ਜੀ ਫੌਜ ਜਾਣਾ ਮੈਂ ਕਿਹਾ ਪਹਿਲਾਂ ਤੇ ਇਹ ਦੱਸ ਵੀ ਕਿ ਸਪਾਈ ਭਰਤੀ ਹੋਣਾ ਕਿ ਅਫਸਰ ਭਰਤੀ ਹੋਣਾ ਜਿਹਨੇ ਤਾਂ ਕਹਿੰਦੀ ਕਿ ਮੈਂ 90% ਸਾਡੇ ਕੋਲ ਬੱਚੇ ਆਉਂਦੇ ਮੇਰੇ ਕੋਲ ਪੁੱਛਣ ਕਿ ਜੇ ਅਸੀਂ ਅਫਸਰ ਕਿਦਾਂ ਬਣ ਸਕਦੇ ਫੌਜ ਅਸੀਂ ਉਹਨੂੰ ਗਾਈਡ ਕਰੀਦਾ ਕਿ ਵੀ ਤੁਸੀਂ ਕਾਲਜ ਜਾਂ ਵੀ ਮੈਂ ਕਈ ਵਾਰੀ ਗਿਆ ਲੈਕਚਰ ਦੇਣ ਬੱਚਿਆਂ ਨੂੰ ਮੋਟੀਵੇਟ ਕਰਨ ਕਿ ਤੁਸੀਂ ਜੁਆਇਨ ਕਰੋ ਆਹ ਕੁਆਲੀਫਿਕੇਸ਼ਨ ਅਰ ਸਾਡੇ ਬੱਚੇ ਜਿਹੜੇ ਐ ਖਾਸ ਕਰਕੇ ਨਾਰਥ ਇੰਡੀਆ ਦੇ ਪੰਜਾਬ ਭਰੇ ਨਾ ਮਚਲਦੇ ਇਹ ਬڑے ਬੱਚੇ ਜਿਹੜੇ ਹੈ ਕਿ ਬਹੁਤ ਬਹੁਤ ਅੱਛੇ ਬੱਚੇ ਹੈ ਅਰ ਬੜੇ ਚੰਗੇ ਅਫਸਰ ਜਵਾਨ ਬਣਦੇ ਸਾਡੀ ਫੌਜ ਦੇ ਵਿੱਚ ਇਹਨਾਂ ਦਾ ਬਹੁਤ ਬੜਾ ਯੋਗਦਾਨ ਹੈ ਫੌਜ ਦੇ ਨਾ ਉਪ ਚਕਰ ਦੇ ਵਿੱਚ ਤੇ ਸਾਡੀ ਤਾਂ ਮੇਰੀ ਤਾਂ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਬੱਚਿਆਂ ਨੂੰ ਹਮੇਸ਼ਾ ਗਾਈਡ ਕੀਤਾ ਜਾਵੇ ਮੋਟੀਵੇਟ ਕੀਤਾ ਜਾਵੇ ਉਹਨੂੰ ਇਨਕਰੇਜ ਕੀਤਾ ਜਾਵੇ ਇਹ ਬਾਤ ਕਿਸਮਤੀ ਹੈ ਕਿ ਸਾਡੇ ਬੱਚਿਆਂ ਨੂੰ ਪਤਾ ਨਹੀਂ ਹੈਗਾ ਕਿ ਵੀ ਅਸੀਂ ਕਿੱਥੇ ਜਾ ਸਕਦੇ ਹਾਂ ਪਰ ਹੁਣ ਇੰਨੀਆਂ ਚੀਜ਼ਾਂ ਆ ਚੁੱਕੀਆਂ ਨੇ ਅੰਦੇ ਸੱਚ ਇੰਟਰਨੈਟ ਤੋਂ ਤੁਹਾਨੂੰ ਲੱਗਦਾ ਹਰ ਕਿਸੇ ਦਾ ਬਤਨ ਲੱਗਦਾ ਅਖਬਾਰਾਂ ਤੋਂ ਲੱਗਦਾ ਤੇ ਮੈਂ ਤਾਂ ਇਹ ਚਾਹਾਂਗਾ ਕਿ ਸਾਡੇ ਬੱਚਿਆਂ ਨੂੰ ਹੁਣ ਫੌਜ ਦੇ ਜਿਹੜੇ ਬੈਨੀਫਿਟਸ ਹੈਗੇ ਜਿਵੇਂ ਪੈਨ ਲਾਂਨਸ ਹੈ ਉਹ ਵੀ ਪਹਿਲੇ ਨਾਲੋਂ ਬਹੁਤ ਬਿਹਤਰ ਹੋ ਚੁੱਕੇ ਹੈ ਤੇ ਨਾਲ ਦੇ ਸੇਵਾ ਜਿਹੜੀ ਕਰਨ ਦਾ ਉਹ ਵੀ ਮੌਕਾ ਮਿਲਦਾ ਤੇ ਫੌਜ ਨੂੰ ਜ਼ਰੂਰ ਜੁਆਇਨ ਕਰੋ ਚਲੋ ਜੀ ਬ੍ਰਿਗੇਡੀਅਰ ਸਾਹਿਬ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਗੱਲਬਾਤ ਕੀਤੀ ਆਪਣਾ ਸਮਾਂ ਸਾਨੂੰ ਦਿੱਤਾ ਤਾਂ ਜਿਸ ਵਰਡ ਤੇ ਜਿਸ ਨੋਟ ਤੇ ਬ੍ਰਿਗੇਡੀਅਰ ਸਾਹਿਬ ਨੇ ਗੱਲ ਕਲੋਜ਼ ਕੀਤੀ ਹੈ ਸਾਡਾ ਵੀ ਮਕਸਦ ਉਹੀ ਹੈ ਆਪਣੇ ਇਸ ਸ਼ੋਅ ਦਾ ਕਿ ਅਸੀਂ ਉਹਨਾਂ ਸ਼ਖਸੀਤਾਂ ਨੂੰ ਬੁਲਾਈਏ ਜਿਨ੍ਹਾਂ ਨੂੰ ਵੇਖ ਕੇ ਯੰਗਸਟਰਸ ਨੌਜਵਾਨ ਪੀੜ੍ਹੀ ਮੋਟੀਵੇਟ ਹੋਵੇ ਐਂਡ ਕਰੇਜ ਹੋਵੇ ਕਿ ਕੱਲ ਨੂੰ ਉਹ ਵੀ ਆਪਣੇ ਦੇਸ਼ ਦੇ ਲਈ ਸਮਾਜ ਦੇ ਲਈ ਉਸੇ ਤਰੀਕੇ ਨਾਲ ਯੋਗਦਾਨ ਪਾਉਣ ਤਾਂ ਹੀ ਦੇਸ਼ ਤਰੱਕੀ ਕਰ ਸਕਦਾ ਹੈ ਅਗਰ ਯੰਗਸਟਰਸ ਉਸ ਦੇ ਵਿੱਚ ਨੌਜਵਾਨ ਵਰਗ ਜਿਹੜਾ ਹੈ ਉਹ ਆਪਣੀ ਸ਼ਮੂਲੀਅਤ ਦੇਵੇ ਆਪਣਾ ਯੋਗਦਾਨ ਪਾਵੇ ਅਗਲੇ ਹਫਤੇ ਇੱਕ ਹੋਰ ਸ਼ਖਸੀਅਤ ਦੇ ਨਾਲ ਫਿਰ ਹਾਜ਼ਰ ਹੋਵਾਂਗੇ ਅੱਜ ਦੇ ਇਸ ਐਪੀਸੋਡ ਦੇ ਵਿੱਚ ਇੰਨਾ ਹੀ ਪੀਟੀਸੀ ਲਈ ਹੋਰ ਖਬਰਾਂ ਵਿੱਚ ਦੇਖਦੇ ਰਹੋ